ਅਸੀਂ ਇੱਕ 67 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਕੱਲ੍ਹ ਨੂੰ, ਜਿਸ ਵਿੱਚ ਅਸੀਂ 4 ਇਹ ਦੋਸ਼ੀ ਗ੍ਰਿਫਤਾਰ ਕੀਤੇ ਨੇ, ਜਿਹਨਾਂ 2 ਔਰਤਾਂ ਨੇ ਅਤੇ 2 ਆਦਮੀ ਨੇ। ਇਹਨਾਂ ਦਾ ਇੱਕ ਗਰੋਹ ਸੀ, ਇਹ ਪੰਡਿਤਾਂ ਨੂੰ ਜੋ ਵੀ ਜੋਤਿਸ਼ ਸੀ ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਕੱਪੜੇ ਉਤਾਰ ਕੇ ਵੀਡੀਓ ਬਣਾਉਂਦੇ ਸੀ ਅਤੇ ਉਹ ਵਾਇਰਲ ਬਲੈਕਮੇਲ ਕਰਦੇ ਸੀ ਉਹਨਾਂ ਨੂੰ ਅਤੇ ਜੋਤੀ ਮੰਗਦੇ ਸੀ ਉਹਨਾਂ ਨੂੰ। ਅਤੇ ਇਸ ਵਿੱਚ ਅਸੀਂ ਵਿਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 2,20,000 ਰੁਪਏ ਉਹਨਾਂ ਕੋਲ ਰਿਕਵਰ ਕਰ ਲਿਆ ਹੈ। ਇਹਨਾਂ ਕੋਲ ਮੋਬਾਈਲ ਵੀ ਸੀ, ਵੱਖ ਵੱਖ ਕੰਪਨੀ ਜਿਹਨਾਂ ਨਾਲ ਇਹ ਫੋਨ ਕਰਦੇ ਸੀ ਰੋਟੀ ਮੰਗਦੇ ਸੀ। ਅਤੇ ਅੱਜ ਅਸੀਂ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਹੈ, 4 ਦਿਨ ਦਾ ਰਿਮਾਂਡ ਮਿਲਿਆ। ਬਾਕੀ ਅੱਗੇ ਫਰਦਰ ਜੋ ਵੀ ਤਫਤੀਸ਼ ਹੋਊਗੀ, ਜੋ ਜੋ ਨਾਮ ਸਾਹਮਣੇ ਆਉਣਗੇ ਉਹ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅੱਗੇ ਕੀਤੀ ਜਾਊਗੀ ਅਤੇ ਅਗਲੀ ਤਫਤੀਸ਼ ਅਮਲ 'ਚ ਲਿਆਉਂਦੀ। ਥੈਂਕ ਯੂ।